ਉਹ ਵੀ ਅਸੀਂ ਸਾਰੀਆਂ ਜਥੇਬੰਦੀਆਂ ਫੈਸਲਾ ਕਰਾਂਗੇ, ਪਰ ਇੱਕ ਜਿਹੜੀ ਦੁਖਦਾਈ ਘਟਨਾ ਹੋਈ ਆ ਉਹਦੇ ਲਈ ਵੀ ਅਸੀਂ ਸੋਚਾਂਗੇ ਵੀ ਉਹ ਬੜੀ ਮਾੜੀ ਜਿਹੜੀ ਸਰਕਾਰ ਨੇ, ਹਰਿਆਣਾ ਸਰਕਾਰ ਨੇ ਕੀਤੀ ਆ, ਅਤੇ ਉਹਦੇ ਲਈ ਅਸੀਂ ਇਹ ਵੀ ਕਹਾਂਗੇ ਪੰਜਾਬ ਸਰਕਾਰ ਨੂੰ, ਕਿਉਂਕਿ ਸਾਡੀ ਜ਼ਮੀਨ 'ਤੇ ਆ ਕੇ ਇਹ ਘਟਨਾ ਉਹਨਾਂ ਨੇ ਵਰਤਾਈ ਆ, ਅਤੇ ਸਾਡੀ ਜ਼ਮੀਨ ਤੋਂ ਆ ਕੇ ਸਾਡੇ ਬੰਦੇ ਜਿਹੜੇ ਚੱਕੇ ਨੇ। ਅਸੀਂ ਪੰਜਾਬ ਸਰਕਾਰ ਨੂੰ ਅਤੇ ਮੁੱਖ ਮੰਤਰੀ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦੇ ਮੁੱਖ ਮੰਤਰੀ ਦੇ ਖਿਲਾਫ਼ ਪੰਜਾਬ ਦੇ ਵਿੱਚ 302 ਦਾ ਪਰਚਾ ਇਹਨਾਂ ਨੂੰ ਦਰਜ ਕਰਨਾ ਚਾਹੀਦਾ, ਉਹਨਾਂ ਦੇ ਖਿਲਾਫ਼ ਐਕਸ਼ਨ ਕਰਨਾ ਚਾਹੀਦਾ, ਕਿਉਂਕਿ ਸਾਡੀ ਜ਼ਮੀਨ ਤੋਂ ਆ ਕੇ ਸਾਡਾ ਬੰਦਾ ਮਾਰਿਆ ਅਤੇ ਸਾਡੀ ਜ਼ਮੀਨ 'ਤੇ ਆ ਕੇ ਸਾਡੇ ਜਿਹੜੇ ਬੰਦੇ ਚੁੱਕੇ ਗਏ ਨੇ। ਅਤੇ ਅੱਜ ਅਸੀਂ ਹੁਣ ਸਾਰੇ ਆ ਜਥੇਬੰਦੀਆਂ ਅਤੇ ਸਾਰੇ ਸਾਡੇ ਲੀਡਰ ਬਿਹਾਰ ਤੋਂ, ਯੂਪੀ ਤੋਂ, ਹਰਿਆਣੇ ਤੋਂ ਸਾਡੇ ਸਾਰੇ ਲੀਡਰ ਇੱਥੇ ਪਹੁੰਚ ਰਹੇ ਨੇ, ਉਹ 'ਚ ਮਿਲ ਕੇ ਅਸੀਂ ਵਿਚਾਰਾਂ ਕਰਾਂਗੇ ਅਤੇ ਤੁਹਾਨੂੰ 4 ਵਜੇ CPC ਰਾਹੀਂ ਸਾਰਾ ਕੁਛ ਅਸੀਂ ਦੱਸ ਦੇਵਾਂਗੇ ਅਗਲੇ ਐਕਸ਼ਨ ਦਾ ਜਿਹੜਾ ਅਸੀਂ ਅੱਜ ਅਸੀਂ ਤੁਹਾਨੂੰ ਦੱਸਾਂਗੇ। ਪੰਜਾਬ ਸਰਕਾਰ ਸੇ ਤੋਂ ਅਜਿਹੀ ਡਿਮਾਂਡ ਹੈ ਕਿ ਜੋ ਹਰਿਆਣਾ ਸਰਕਾਰ ਨੇ ਐਕਸ਼ਨ ਕੀਆ ਹੈ ਉਹ ਹਮਾਰੀ ਜ਼ਮੀਨ ਪਰ ਕੀਆ ਹੈ, ਹਮਾਰੀ ਲੈਂਡ ਪਰ ਪੰਜਾਬ ਮੇਂ ਕੀਆ ਹੈ, ਹਮਾਰੀ ਜੋ ਆਦਮੀ ਸ਼ਹੀਦ ਹੋਇਆ ਹਮਾਰੀ ਜ਼ਮੀਨ ਜਹਾਂ ਪਰ ਪੰਜਾਬ ਮੇਂ ਹੋਇਆ, ਉਸਕੇ ਖਿਲਾਫ਼ ਪੰਜਾਬ ਸਰਕਾਰ ਕੋ ਹਰਿਆਣਾ ਕੇ ਚੀਫ ਮਿਨਿਸਟਰ ਖੱਟਰ ਕੇ ਖਿਲਾਫ਼ 302 ਕਾ ਪਰਚਾ ਰਜਿਸਟਰ ਕਰਨਾ ਚਾਹੀਏ, ਉਨਕੇ DGP ਕੇ ਖਿਲਾਫ਼ ਪਰਚਾ ਰਜਿਸਟਰ ਕਰਨਾ ਚਾਹੀਏ। ਜੇ ਹਮਾਰੀ ਪੰਜਾਬ ਸਰਕਾਰ ਸੇ ਮੰਗ ਹੈ ਔਰ ਹਮ ਜੇ ਫੈਸਲਾ ਜਹਾਂ ਕਰੇਂਗੇ ਅਗਲੀ ਰਣਨੀਤੀ ਕਾ ਕਰੇਂਗੇ, ਕਿਉਂਕਿ ਹਮ 3 ਦਿਨ ਸੇ ਟੋਲ ਪਲਾਜ਼ੇ ਫ੍ਰੀ ਕਰ ਰੱਖੇ ਹੈ ਔਰ ਇਨਕੇ ਜੋ BJP ਕੇ ਲੀਡਰ ਹੈ ਉਨਕੇ ਘਰ ਪਰ ਹਮ ਸਭੀ ਪਰ ਬੈਠੇ ਹੋਏ ਹੈ, ਆਜ ਤੀਸਰਾ ਦਿਨ ਹੈ ਔਰ ਅਗਰ ਇਸਕੋ ਕਿਆ ਕਰਨਾ ਹੈ, ਆਗੇ ਕਿਆ ਐਕਸ਼ਨ ਲੈਣਾ ਹੈ, ਬਸ ਕਿਆ ਸਟ੍ਰੈਟਜੀ ਤੈਅ ਕਰਨੀ ਹੈ, ਬਸ ਲੀਡਰ ਅੱਜ ਵਿਚਾਰ ਵਿਮਰਸ਼ ਕਰ ਰਹੇ ਹੈ ਕਿ ਹਮ ਕਾਰਵਾਈ ਕਰੇਂਗੇ, ਹਮ ਜਾਂਚ ਕਰੇਂਗੇ, ਪਰਚਾ ਵੀ ਦਰਜ ਹੋਗਾ, ਉਸਕੋ ਆਪ ਕੈਸੇ ਦੇਖਦੇ ਤੇ ਕਬ ਕਰੇਂਗੇ? ਜਬ ਕੋਈ ਕਤਲ ਹੋ ਜਾਤਾ ਹੈ ਪਰਚਾ ਤੋ ਇਮੀਡੀਏਟਲੀ ਦਰਜ ਹੋ ਜਾਤਾ ਹੈ, ਬੇ ਕਿਸ ਕੋ ਦੇਖ ਰਹੇ ਹੈ, ਇਨਕੋ ਕਿਉਂ ਨਹੀਂ ਮਾਲੂਮ, ਪਰਚਾ ਦਰਜ ਅਭੀ ਇਨਕੋ ਕਰਨਾ ਚਾਹੀਏ, ਇਨਕੇ ਸਾਥ 8% ਬਟਾਇਆ ਹੈ, ਹਮ ਕਹਿੰਦੇ ਜਿਹੜਾ MSP ਉਨਕੀ ਜੋ ਬਣਤੀ ਹੈ C2+50 ਕੇ ਹਿਸਾਬ ਸੇ 500 ਰੁਪਿਆ ਰੇਟ ਬਣਤਾ ਹੈ, ਵੋ ਕਿਉਂ ਨਹੀਂ ਦੇ ਰਹੇ, ਵੋ ਆਮਦਨ ਦੁੱਗਣੀ ਕਰਨੀ ਸੀ, ਦੁੱਗਣਾ ਰੇਟ ਕਿਉਂ ਨਹੀਂ ਹੋਇਆ, ਵੋ ਹਮ ਪੁੱਛਣਾ ਚਾਹਤੇ ਹੈ, ਹਮੇ ਜੇ ਰੇਟ ਮਨਜ਼ੂਰ ਨਹੀਂ ਹੈ, ਕਿਉਂਕਿ ਪੰਜਾਬ ਮੇਂ ਤੋ 391 ਚੱਲ ਹੀ ਰਿਹਾ ਹੈ, ਇਹਨਾਂ ਨੇ ਕਿਤਨਾ ਵਧਾਇਆ ਹੈ, ਵੋ ਸੈਂਟਰ ਸਰਕਾਰ ਬਟ ਬਹੁਤ ਕੰਮ ਵਧਾਇਆ ਹੈ, ਨਹੀਂ ਹਮ ਵੀ ਰਿਜੈਕਟ ਕਰਤੇ ਹੈ, ਹਮੇ ਕੰਟਰੈਕਟ ਫਾਰਮਿੰਗ ਨਹੀਂ ਚਾਹੀਏ, ਹਮੇ ਹਮਕੋ MSP ਚਾਹੀਏ, ਕੰਟਰੈਕਟ ਵਾਲਾ ਤੋ ਕਹੇਗਾ ਕੱਲ ਨੂੰ ਆਪਕਾ ਦਾਣਾ ਖਰਾਬ ਹੈ, ਆਪਕਾ ਮੋਇਸਚਰ ਹੈ, ਹਮ ਨਹੀਂ ਲੇਂਗੇ, ਇਤਨਾ ਕੰਮ ਲੇਂਗੇ, ਵੋ ਹਮੇ ਮਨਜ਼ੂਰ ਨਹੀਂ ਕੰਟਰੈਕਟ ਫਾਰਮਿੰਗ।